ਉਹ ਵੇਖ ਕੇ ਮੈਂ ਨੁੱਕਰ ਤੇ ਲੱਗਾ ਆਉਂਦਾ ਮੂੰਹ ਲਕਾਉਂਦਾ ਫਿਰਦਾ ਸਾਰਿਆਂ ਨੂੰ ਵੀ ਮੇਰੇ ਦੁਆਲੇ ਨਾ ਕੋਈ ਹੋ ਜੇ ਉੱਠ ਜਾ ਮੂੰਹ ਸੋਰੇ ਲਵ ਜੀ ਜੀਤੀ ਕਹਿੰਦੇ ਪਹੁੰਚ ਚੁੱਕੀ ਆ ਮਹਿੰਦੀ ਲਵਾਉਣ ਲਈ ਲਵ ਮੇਰੇ ਵੀਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਤੇ ਅੱਜ ਵਲੌਗ ਹੈਗਾ ਹਲਦੀ ਦਾ ਤੇ ਹਲਦੀ ਦੇ ਤੁਹਾਨੂੰ ਡੈਕੋਰੇਸ਼ਨ ਥੋੜ੍ਹੀ ਜਿਹੀ ਦਿਖਾ ਦਈਏ ਕਿ ਕਿੱਦਾਂ ਦੀ ਹੋਈ ਆ ਤੇ ਆਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦੀ ਡੈਕੋਰੇਸ਼ਨ ਹਲਦੀ ਦੀ ਮਾੜੀ ਜਿਹੀ ਕੀਤੀ ਆ ਭਾਜੀ ਹੋਣਾਂ ਨੇ ਤੇ ਬਾਕੀ ਤੁਸੀਂ ਪਿੱਛੇ ਟੈਂਟ ਦੀ ਵੀ ਡੈਕੋਰੇਸ਼ਨ ਦੇਖ ਸਕਦੇ ਹਾਂ ਹਾਲੇ ਹੌਲੀ ਹੌਲੀ ਚੱਲ ਰਹੀ ਆ ਜਿਵੇਂ ਇਹ ਨਾਲ ਦੀ ਨਾਲ ਚੱਲ ਰਹੀ ਆ ਕਾਂਟ ਫਲਾਵਰ ਲਾਏ ਹੋਏ ਆ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜਾਲੀ ਭੰਨੀ ਫਿਰਦੇ ਆ ਇਹ ਕੰਮ ਕਰਦੇ ਗਏ ਕੁਸ਼ਤੀ ਕਰਦੇ ਜੀ ਇਹਦੇ ਨਾਲ ਹੈ ਤੁਸੀਂ ਕੰਮ ਕਰ ਲਓ ਤੁਸੀਂ ਐਵੇਂ ਉੱਤੇ ਚੜੇ ਫਿਰਦੇ ਆ ਤੁਸੀਂ ਜਾ ਕੇ ਹਲੇ ਡੈਕੋਰੇਸ਼ਨ ਦਾ ਅੱਧਾ ਕੰਮ ਨਿਬੇੜਿਆ ਵਾ ਲੈ ਨਹਾਉਣੀ ਆ ਡੰਡ ਲਾਤੀ ਸਾਰੀ ਬਈ ਤੈਨੂੰ ਹੀ ਕਰਨੀ ਪੈਣੀ ਸੈੱਟ ਹੁਣ ਆਹੋ ਉਹ ਵੇਖ ਕੇ ਮੈਂ ਨੁੱਕਰ ਤੇ ਲੱਗਾ ਆਪਦਾ ਮੂੰਹ ਲਕਾਉਂਦਾ ਫਿਰਦਾ ਸਾਰਿਆਂ ਨੂੰ ਵੀ ਮੇਰੇ ਦੁਆਲੇ ਨਾ ਕੋਈ ਹੋ ਜੇ ਇਹ ਵੱਕਰਿਆ ਇਹਨੂੰ ਡਰ ਪਿਆ ਵਾ ਉੱਥੇ ਰੱਖ ਕਿਆ ਬਾਤ ਹੈ ਜੀ ਕਿਆ ਬਾਤ ਹੈ ਡਿੱਗ ਪੈਣੇ ਮੰਮੀ ਨੇ ਡਿੱਗ ਪੈਣੇ ਹੀ ਉਹ ਲੱਕ ਚ ਲਚਕ ਨੀ ਰਹਿ ਗਈ ਹੁਣ ਉਹ ਵਾਲੀ ਲਚਕ ਨੀ ਰਹਿ ਗਈ ਹੁਣ ਲੱਕ ਚ ਇਹਨੇ ਡਿੱਗ ਪੈਣੇ ਹੀ ਵਾਹ ਕਿਆ ਪੋਚ ਹੈ ਪੈਰ ਤੇ ਪੈਰ ਰੱਖ ਕੇ ਵੇਖ ਕਿੱਡਾ ਕਮਾਲ ਦਾ ਮੂਵ ਕੀਤਾ ਇਹਨੇ ਦਬਦਾ ਚੋਬਰ ਖੱਟਾ ਪਾਇਆ ਖੱਟਾ ਲਓ ਜੀ ਜੀਤੀ ਕਹਿੰਦੇ ਪਹੁੰਚ ਚੁੱਕੀ ਆ ਮਹਿੰਦੀ ਲਵਾਉਣ ਲਈ ਸਾਡੇ ਦਰਮਿਆਨ ਲਾਲਾ ਕਰਾ ਦਿਓ ਮੇਰੇ ਵੀਰ ਬੱਬੇ ਨੀ ਵੇਖੋ ਕਿੱਡੇ ਸੋਹਣੇ ਲੱਗ ਰਿਹਾ ਅੱਜ ਪ੍ਰਭੇ ਬੱਬੇ ਕੀ ਬੱਬੇ ਵੇਖੋ ਆ ਗਏ ਇੱਧਰ ਦੇਖੋ ਆਪ ਕਿਉਂ ਬਸ ਕਰੋ ਵੀਰ ਜੀ ਬਸ ਮੰਮੀ ਦਾ ਹੱਥ ਮੰਮੀ ਦਾ ਚਿੱਟਾ ਯਾਰ ਕੱਗੂ ਦੇ ਨਾਰੀ ਰਾਜ ਜਾਣੀ ਕਾਹਦੀ ਤੇ ਵਿਆਹ ਦਾ ਤੇਰਾ ਹੀ ਆ ਥੋੜੀ ਜਿਹੀ ਲਵਾ ਕਹਿੰਦੇ ਮੋਟੇ ਦੀ ਵਾਰੀ ਆ ਗਈ ਬਈ ਵਧੀਆ ਡਿਜ਼ਾਈਨ ਸੋ ਡਿਜ਼ਾਈਨ ਵਧੀਆ ਜਿਹਾ ਬਣਾਈ ਗਈ ਮੁੰਡਾ ਦਾ ਅੱਜ ਕੱਲ ਚੱਲ ਰਿਹਾ ਨਾ ਉਹ ਡਿਜ਼ਾਈਨ ਭਾਈ ਤਿਤਲੀ ਵਾ ਦੋ ਤੇ ਲੱਤਾਂ ਤੇ ਕਿੱਥੋਂ ਤੱਕ ਲਾਉਣੀ ਆ ਗੋਡਿਆਂ ਤੱਕ ਮੋਟੇ ਪਜਾਮਾ ਵੀ ਮੋਟੇ ਲੋਰ ਵੀ ਤਾਂ ਕਰ ਲਾ ਮੋਟੇ ਲੋਰ ਵੀ ਥੋੜੀ ਥੋੜੀ ਗਿੱਟਿਆਂ ਤੱਕ ਲਾ ਦਈਏ ਆਪਾਂ ਬਾਹਾਂ ਵੀ ਚੱਕੋ ਬਾਹਾਂ ਨੂੰ ਕਿਤੇ ਬਾਹਾਂ ਦੇ ਲਾਉਣੀ ਆ ਇੱਥੋਂ ਤੱਕ ਲੈਗ ਤੇ ਇੱਥੇ ਵੀ ਲਾਉਣੀ ਆ ਇੱਥੋਂ ਤੱਕ ਨਹੀਂ ਮੋਟੇ ਬਸ ਇੰਨਾ ਹੀ ਫੁੱਲ ਬਣਾਉਣਾ ਬਸ ਬਸ ਬਸ
ਕਿਆ ਗੇਂਦੇ ਦਾ ਬਣਾਇਆ ਤੇ ਕਿਹੜਾ ਬਈ ਗੁਲਾਬ ਦਾ ਹਾਂ ਵੱਡਾ ਹੀ ਬਣਾਉਂਗਾ ਇਹਦਾ ਫੁੱਲ ਬਿੱਗ ਕਰ ਦੋ ਥੋੜਾ ਫੁੱਲ ਦਿਖਦਾ ਨਹੀਂ ਰਹਾ ਪੁਰਚਕ ਪੁਰਚਕ ਜੀ ਕਰਾਈ ਜਾਂਦਾ ਉਹ ਤੇਰੇ ਘਰਾਂ ਵੀ ਗੁਲਾਬ ਕੀ ਕਰਾਈ ਜਾਂਦਾ ਪੁਰਚਕ ਪੁਰਚਕ ਜੀ ਮੈਨੂੰ ਤਾਂ ਗੇਂਦੇ ਦਾ ਫੁੱਲ ਲੱਗਦਾ ਵਾਓ ਨਾਈਸ ਫਲਾਵਰ ਨਾਈਸ ਵਰਕ ਕਰੋ ਚੈੱਕ ਕਰੋ ਚੈੱਕ ਮੋਟੇ ਨਹੀਂ ਹੱਟਦੇ ਹੱਥ ਕਰਾਉਣਾ ਆਪੋ ਪਾਪੋ ਬਾਈ ਤੇਰੇ ਮੈਨੂੰ 365 ਦਿਨ ਸੇਮ ਜੇ ਬਣਾ ਸੇਮ ਜੇ ਬਣੇਗਾ ਜੀ ਸੇਮ ਨਹੀਂਗਾ ਹੋਰ ਤਰ੍ਹਾਂ ਦਾ ਹੋਰ ਭਰਾਵਾ ਡਿਜ਼ਾਈਨ ਪਾਉਣਾ ਚਾਹੀਦਾ ਬੰਦੇ ਦੋਵੇਂ ਅੱਡ ਅੱਡ ਡਿਜ਼ਾਈਨ ਵੇਖਣੇ ਚਾਹੀਦੇ ਆ ਜਿਹੜਾ ਸੋਹਣਾ ਲੱਗੋ ਰੱਖ ਲਈ ਦੂਜਾ ਰਹਿਣ ਦੀ ਚਲੋ ਸੇਮ ਨਹੀਂ ਹੈ ਹੁਣ ਧਿਆਨ ਨਾਲ ਰੱਖੀ ਸ਼ਾਮ ਕਿਵੇਂ ਰੋਜ਼ ਉਹ ਵੀ ਰੋਜ਼ ਹੈ ਜੀ ਨਹੀਂ ਰੋਜ਼ ਹੈ ਤੇ ਉਹ ਯਾਰ ਰੋਜ਼ ਤਾਂ ਪਾਉਣਾ ਹੀ ਨਹੀਂ ਸੀ ਕਿਹੜਿਆ ਰੋਜ਼ ਲੱਗਦਾ ਮਹਿੰਦੀ ਸ਼ਗਨਾਂ ਦੀ ਕਹਿੰਦੇ ਮੋਟੇ ਸ਼ਗਨ ਇੱਧਰ ਮੋਟੇ ਚੈੱਕ ਕਰੋ ਤੈਂ ਕਰਿਆ ਦੋਵੇਂ ਮੋਟੇ ਦੋਵੇਂ ਤੈਂ ਕਰੀ ਵਧੀਆ ਡਿਜ਼ਾਈਨ ਲਾਉਣਾ ਭਾਰਾ ਭਾਰਾ ਚੱਲਦਾ ਨਾ ਅੱਜ ਕੱਲ ਮਾਰਕੀਟ ਚ ਜਿਹੜਾ ਵਧੀਆ ਲਾਇਓ ਨਹੀਂ ਤਾਂ ਰੁੱਸ ਜਾਣੀ ਹਾਂ ਇਹ ਮਿੜਦੀ ਮਿੜਦੀ ਨਹੀਂ ਹੁੰਦੀ ਨਹੀਂ ਤਾਂ ਹਲਦੀ ਦੇ ਟਾਈਮ ਨੂੰ ਰੁੱਸ ਕੇ ਭੱਜ ਜਾਾਂਗੇ ਹੈ ਚਲੋ ਆਪਾਂ ਜ਼ਿੰਦਗੀ ਨਾ 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 ਭੱਜਣ ਨਹੀਂ ਦੇਣਾ ਲਾਓ ਜੀ ਸੋ ਕਿੱਦਾਂ ਮਾਤਾ ਜੀ ਕਿੱਦਾਂ ਦਾ ਐਕਸਪੀਰੀਅੰਸ ਚੱਲ ਰਿਹਾ ਤੁਹਾਡਾ ਪਾਣੀ ਦਾ ਗਲਾ ਪਲੀਜ਼ ਫੜਾ ਦਿਓ ਮੈਨੂੰ ਕਿ ਪੀਓ ਫਿਰ ਪੀਓ ਨਾ ਦੂਜੇ ਹੱਥ ਤੇ ਮਹਿੰਦੀ ਲਵਾ ਲੈਣੀ ਨੇ ਉਦੋਂ ਪਹਿਲਾਂ ਇੱਕ ਹੱਥ ਨਾ ਖਾ ਪੀ ਲਈਏ ਜਿਹੜਾ ਕੁਝ ਆ ਲਿਆ ਰੋਟੀ ਰੋਟੀ ਬਾਈ ਰੋਟੀ ਰੋਟੀ ਲਿਆ ਬਈ ਕਾਕਾ ਰੋਟੀ ਰੋਟੀ ਲਿਆ ਮਾਤਾ ਨੂੰ ਖਵਾ ਦਿਓ ਇਹ ਬੁਰਕੀਆਂ ਰੋਟੀ ਹਰ ਮਨ ਨੂੰ ਵੀ ਖਵਾ ਦਿਓ ਪਹਿਲੇ ਰੋਟੀ ਕਿਆ ਕਰੋ ਰਾਟੀ ਕੀ ਹੋ ਗਈ ਰੋਟੀ ਵੀਰ ਜੀ ਰੋਟੀ ਤੇ ਰਾਟੀ ਕੀ ਹੋ ਗਈ ਰਾਟੀ ਆਪਣੇ ਘਰੇ ਹੈ ਨਹੀਂ ਚੀਜ਼ ਖਾਣ ਵਾਲੀ ਕੋਈ ਰੋਟੀ ਆਪਣੇ ਘਰੇ ਤੂੰ ਜਿਹੜੀਆਂ ਚੀਜ਼ਾਂ ਕਰਦਾ ਨਾ ਤੜਕੇ ਆ ਪੋਲੇ ਜੇ ਸੱਟ ਜਾਣਾ ਮੇਰੇ ਕੋ ਹੈ ਹੀ ਹੋਰ ਕੁਛ ਨਹੀਂ ਸੋ ਇਹ ਕਿਹੜਾ ਡਿਜ਼ਾਈਨ ਬਣਾ ਰਹੇ ਮਾਤਾ ਜੀ ਦੇਖ ਕਿਹੜਾ ਦਾ ਪਤਾ ਨਹੀਂ ਕੀ ਮੇਰੇ ਜਿੰਨਾ ਤੇ ਨਹੀਂ ਹੱਥ ਗੋਰਾ ਤੇਰੇ ਤੇ ਤਾਂ ਤੇਰੇ ਤੇ ਤਾਂ ਥੱਲੇ ਹੀ ਆ ਕਾਲੇ ਹੱਥ ਤੇ ਤੂੰ ਨਵਾਂ ਜੋ ਮੈਲ ਕੱਢ ਲਿਆ ਕਰ ਭਰਾਵਾ ਨਵਾਂ ਮੈਲ ਥੋੜੀ ਹੈ ਜੀ ਮੈਂ ਥੋੜੀ ਹੈ ਮੈਂ ਨਹੀਂ ਆ ਕੋ ਬਾਤ ਆ ਜੂ ਵੀ ਹੈ ਨਾ ਪਰਬਾ ਪਬੇ ਹਾਏ ਪਬੇ ਸਾਰੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਕਿ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕਹੀਂ ਗੁੱਡ ਮਾਰਨਿੰਗ ਆ ਕੀ ਬੋਲਦੀ ਇੱਕ ਆਲਿਨ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਐ ਹੈਦਾਂ ਗੁੱਡ ਮਾਰਨਿੰਗ ਜੀ ਗੁੱਡ ਆਫਟਰਨੂਨ ਲਾ ਲਓ ਚਲੋ ਠੀਕ ਆ ਨਾ ਕਿ ਸੋ ਚਲੀ ਜਾਂਦਾ ਐਕਸਪੀਰੀਅੰਸ ਦੂਜੇ ਹੱਥ ਦਾ ਤਿਆਰੀ ਆ ਤੇ ਉਹ ਰੋਟੀਆਂ ਖਾਈ ਜਾਂਦੇ ਇੱਧਰ ਬੰਦੇ ਕਦੇ ਓ ਪਿੰਦਰ ਹੋਣੀ ਵੀ ਆ ਗਏ ਨੇ ਭਾਜੀ ਉਧਰ ਚਲੋ ਓ ਭਰਾਵਾ ਘਰੇ ਕਿੱਧਰ ਬੜੇ ਜਾਂਦੇ ਆ ਘਰੇ ਕਿੱਧਰ ਬੜੇ ਓਏ ਓ ਘਰੇ ਕਿੱਧਰ ਬੜੇ ਨੇ ਓ ਭਰਾਵਾ ਓ ਜਾ ਯਾਰ ਉਧਰ ਸਫਾਈ ਕਰਾ ਓ ਸੁਣੀ ਯਾਰ ਝਾੜੂ ਫੜੋ ਚਲੋ ਚਲੋ ਉਧਰ ਆਓ ਸਫਾਈ ਓ ਮੱਝਾਂ ਨਵਾ ਦੀ ਕੁੱਤਿਆਂ ਨੂੰ ਗੇੜਾ ਕਢਾ ਦੀ ਮੱਝਾਂ ਨਵਾ ਤਾਂ ਮਾਰਨੇ ਨਹੀਂ ਇੰਨੀ ਠੰਡ ਦੋ ਸੁਣ ਲਾ ਓ ਬੜਾ ਨਵਾ ਦਾ ਲੱਗਾ ਆ ਲਓ ਜੀ ਕਹਿੰਦੇ ਚੋਬਰ ਜਾਂ ਬਸ ਕਰ ਹੁਣ ਇੰਨਾ ਹਾਰ ਸ਼ਿੰਗਾਰ ਕਰਦਾ ਇਹਨੂੰ ਵੀ ਚਾਹੀਦਾ ਵਿੱਚ ਆ ਕਿਤੇ ਟੋਪਾਂ ਲੱਗ ਤਰੀ ਬੱਜੀਆਂ ਉਹ ਮੈਂ ਆਪ ਜਾਣਦਾ ਹੀ ਨਹੀਂ ਦਾ ਸਤਿ ਸ੍ਰੀ ਅਕਾਲ ਆਰੇ ਸਤਿ ਸ੍ਰੀ ਅਕਾਲ ਚਲੋ ਅੱਛਾ ਆ ਬਸ ਲਾ ਕੇ ਜੀ ਸਪਰੇ ਨਹੀਂ ਲੈ ਸਪਰੇ ਦੀ ਲੋੜ ਹੀ ਨਹੀਂ ਹਲਦੀ ਲੱਗ ਜਾਣੀ ਐ ਸਹੀ ਆ ਨਹੀਂ ਬਾਅਦ ਚ ਧੋਲਾਂਗੇ ਤੇਲ ਵੀ ਲੱਗਣਾ ਸਰੋਂ ਦਾ ਤੇਰੇ ਧੋਲਾਂਗੇ ਬਸ ਕਰ ਹਾਂ ਬਸ ਕਰ ਹੁਣ ਚਲ ਓਕੇ ਹੋ ਗਿਆ ਕੰਮ ਆ ਡੈਕੋਰੇਸ਼ਨ ਵਾਲੇ ਮੈਂ ਕਰਨਾ ਨੰਬਰ ਸ਼ੇਅਰ ਤੁਹਾਡਾ ਆ ਜਾਂਦੇ ਡੈਕੋਰੇਸ਼ਨ ਵਾਲੇ ਓ ਲਾਲਾ ਲਾਲਾ ਹੋਈ ਪਈ ਆ ਪਿੱਛੇ ਕਹਿੰਦੇ ਰੌਣਕ ਪੈਨ ਨਾ ਲੈਣਾ ਮਾਰੀਆਂ ਇਦਾਂ ਕਰ ਯਾ ਬੜੋ ਨੋ ਗੋਲਡਨ ਪੈਨ ਲਾਲਾ ਜੀ ਬਣ ਗੋਲਡਨ ਪੈਨ ਲਾਲਾ ਜੀ ਬਣ ਚੁੱਕੇ ਨੇ ਢਿੱਡ ਵੀ ਨਹੀਂ ਦੱਸਦਾ ਮੈਂ ਫਿਰ ਚਲਾ ਓਏ ਮਨੀਮ ਸਾਹਿਬ ਦਾ ਢਿੱਡ ਇਹ ਪਤੀਲਾ ਰਖਾਇਆ ਸਪੈਸ਼ਲ ਯੈਸ ਪਤੀਲਾ ਮੰਜ ਨਾਲ ਹੀ ਰਹੇਗਾ ਮੰਜ ਆ ਪਤੀਲਾ ਜੀ ਪਤੀਲਾ ਜੀ ਪਤੀਲਾ ਜੀ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਜੋੜੀ ਜੱਚਦੀ ਆ ਬਾਲੀ ਫੋਟੋ ਜਾਣ ਸਾਡਾ ਮੁੰਡਾ ਨਹੀਂ ਤਾਂ ਸੋਹਣਾ ਤੁਸੀਂ ਵਧੀਆ ਸੋਹਣਾ ਕਰ ਦਿਓ ਹੈ ਤੁਹਾਨੂੰ ਰਿਕੁਐਸਟ ਆ ਕੈਮਰਾ ਚੱਕੂਗਾ ਮੇਰੀ ਉਦੋਂ ਬਣਾ ਲਈ ਨਹੀਂ ਨਹੀਂ ਕੈਮਰਾ ਚੱਕ ਹੀ ਲੈਣਾ ਕੋਈ ਨਹੀਂ ਇਹ ਵੀ ਆਪਣੇ ਇਸਤਰੀ ਹੁੰਦੇ ਆ ਸਪੈਸ਼ਲ ਵਾਂਟਡ ਓਨਲੀ ਆ ਕੀ ਆਈ ਬਾਤ ਹੈ ਜੀ ਕੀ ਆਈ ਬਾਤ ਅਮਰਤ ਸ਼ੇਰ ਕੱਲਾ ਹੀ ਬੁੱਕ ਰਿਹਾ ਕਹਿੰਦੇ ਅੱਜ ਚੱਲ ਆ ਜਾਓ ਮੇਰੇ ਕੋਲ
ਨਹੀਂ ਨਹੀਂ ਠੀਕ ਹੈ ਇਹਦੇ ਤੇ ਖੜ ਜਾ ਨਹੀਂ ਜੂਗਾ ਵੀਰੇ ਹੈਲੋ ਓ ਕਿਹਦਾ ਫੀਲ ਹੋ ਰਿਹਾ ਆਪਕੋ ਹੁਣ ਤਾਂ ਦੀਦਾ ਪਿਆ ਹਜੇ ਵੀ ਨੀ ਦੀਦਾ ਐਵੇਂ ਜਾ ਭਰਾਵਾ ਹਾਂ ਸੁਪ੍ਰੀਤ ਹਾਂ ਸੁਪ੍ਰੀਤ ਹਾਂਜੀ ਹਾਂਜੀ ਕਿੱਦਾਂ ਨੇ ਅੱਛਾ ਅੱਛਾ ਹਾਂ ਜਾਣ ਇਹ ਇੱਥੇ ਪਿੰਡ ਹੀ ਪਿੰਡ ਹੀ ਪਿੰਡ ਹੀ ਹਾਂ ਹਾਂ ਘਰੇ ਘਰੇ ਆ ਜੀ ਸ਼ਗਨ ਵਾਲਾ ਟਾਈਮ ਹੀ ਹੁੰਦਾ ਜਿਹੜਾ ਆ ਜੀ ਆ ਜੀ ਆ ਜੀ ਤੂੰ ਕੋਈ ਨੀ 10-11 ਵਜੇ ਆ ਜੀ ਫਿਰ ਅੰਦਰ ਲਵਾਉਣ ਸਾਹਮਣੇ ਮੈਂ ਗਲਤੀ ਕਰ ਲਈ ਤੈਨੂੰ ਡਿਆ ਈ ਬਹਿ ਪੂਜਾ ਕਿਸੇ ਚੀਜ਼ ਤੇ ਕਰ ਲੈਂਦੇ ਸੈੱਟ ਓਹੀ ਗੱਲਾਂ ਤੁਸੀਂ ਲੇਟ ਹੀ ਰਿਹਾ ਕਰੋ ਇਹ ਆਪ ਹੀ ਲੇਟ ਕਰੀ ਜਾਂਦਾ ਹਣ ਨਹੀਂ ਮੈਂ ਕਿਹਾ ਕਾਲਾ ਪਿਆ ਸੁੱਤਾ ਰਿਹਾ ਟੋਰਨ ਮੋਟੇ ਹੋਣੀ ਤਿਆਰ 47 ਘੰਟਿਆਂ ਦੀ ਦੂਰੀ ਤੇ ਮੋਟੇ ਦਾ ਵਿਆਹ ਅੱਗੇ ਵੀ ਅੰਗ ਭਾਈ ਨੇ ਡੱਡ ਭਰੀ ਕਿਉਂ ਗਿਆ ਨੋਰਮਲ ਦੀ ਗੱਲ ਇੱਚ ਗਿਆ ਜੀ ਟਿੱਕੀ ਤਾਂ ਹੋਣ ਵਾਲਿਆ ਚਲੋ ਕੱਚਾ ਜਿਹਾ ਹੋ ਗਿਆ ਤੈਨੂੰ ਨਹੀਂ ਬੁਲਾਇਆ ਕਿਸੇ ਨੇ ਬੁਲਾਇਆ ਤੇ ਮੈਂ ਬਲੌਗ ਥੋੜੀ ਗਿਆ ਕਿਸੇ ਨੂੰ ਮੈਂ ਤਾਂ ਬਲੌਗ ਬਣਾਉਣ ਗਿਆ ਸੀ ਤੇ ਮੈਂ ਆਪਦਾ ਕੰਮ ਕਰਕੇ ਆ ਗਿਆ ਵਾਂ ਹਾਂ ਹੋ ਗਿਆ ਹੋ ਗਿਆ ਮੋਟੇ ਅੱਛਾ ਤੁਸੀਂ ਗਾਹ ਲੈਣਾ ਵਾ ਓਹ ਹੋ ਭਾਈ ਇਹਨੂੰ ਬਣਾਇਆ ਨਾ ਇੱਥੇ ਫਿਰ ਜਾਗੇ ਆਪ ਜਾ ਕੇ ਜਾ ਨਹੀਂ ਮੈਂ ਪਾਸਾ ਹੀ ਕਰ ਲਿਆ ਇਹੋ ਹੀ ਕਿਉਂਕਿ ਤਾਂ ਚੁੱਕਿਆ ਜਾਣਾ ਇਹੋ ਹੀ ਕਰ ਬੰਦਾ ਨੰਬਰ ਵੀ ਹੈਗਾ ਕੌਣ ਗਿਆ ਆ ਗਏ ਚੋਲ ਲੈ ਜਾਣੇ ਕਰਮ ਹੋਰ ਚੋਲ ਲੈਣੇ ਅਲਮਾਰੀ ਦੇ ਪਈ ਉੱਤੇ ਪਾਣੀ ਚ ਬੈਠਾ ਹੁਣ ਉਹਦਾ ਪਹਿਲਾ ਮੁੰਡਾ ਆਇਆ ਤਾਂ ਹੁਣ ਦੂਜਾ ਥੋੜਾ ਵਿਆਹਣ ਲੱਗੀ ਆ ਹਾਂਜੀ ਉਧਰ ਹੀ ਦੇਖ ਕੇ ਸਾਹਮਣੇ ਦੇਖ ਕੇ ਇੱਕ ਸਨੈਪ ਕਰਾ ਲਿਓ ਇੱਥੇ ਚਾਚੀ ਕੈਮਰੇ ਨੂੰ ਵੇਖੀ ਇੱਥੇ ਹਾਂਜੀ ਵੇਟ ਕਰਿਓ ਦੀ ਸਾਹਮਣੇ ਦੇਖਿਓ ਉਰੇ ਆਏ
सारे सामने देखो, आंटी सामने देखो, इधर लो मेरे लो। चलो भी ठीक है, अज का ब्लॉग इसे ना खत्म। मेरे वीर भरा लिकड़ ते भी लाई नी, आप नहानू गया इन्होंने चंगा मलिया जी गड्डी कपड़े अमृत नहीं लगे ओहदा गल है। इन्होंने चंगा हल्दी ना मलिया मेनू ओ बैठा लाइक कर दियो कमेंट कर दियो किन्ने कहना वा आहो। अज इन्होंने चंगिया ढोलकियां कुटिया भी तां जो इन्होंने रियाज बहुत किया इन्होंने चलो ठीक है शाह जी, चैनल सब्सक्राइब कर लो, लाइक कर लो, कमेंट कर दो, लाइक शेयर कमेंट सब्सक्राइब सारे जने दब गए। हां बस खेच दो काम। यस आईने वाल टिकट कराए जा अंतरिक्ष जाने मोटे वैक्स लाइट है भाई।